Politics now, will he give up his glorification of gun culture and gangsters, the very thing that's made him such a sensation in Punjab? ਮੇਰਾ ਕੋਈ ਪੋਲਿਟਿਕਸ ਦੇ ਵਿੱਚ ਆਉਣ ਦਾ ਕੋਈ ਲੰਮਾ ਚੌੜਾ ਰੁਝਾਨ ਇਹ ਨਹੀਂ ਹੈਗਾ ਵੀ ਮੈਂ ਕੋਈ ਰੁਤਬੇ ਖਾਤਰ ਜਾਂ ਕੋਈ ਵਾਹਵਾਹੀ ਖਾਤਰ ਇਸ ਫੀਲਡ ਦੇ ਵਿੱਚ ਆ ਰਿਹਾ। ਸਿਸਟਮ ਦੇ ਵਿੱਚ ਸਿਸਟਮ ਨੂੰ ਚੇਂਜ ਕਰਨ ਦੇ ਲਈ ਜਾਂ ਸਿਸਟਮ ਦੇ ਵਿੱਚ ਉਹਨੂੰ ਇੰਪਰੂਵ ਕਰਨ ਦੇ ਲਈ ਸਿਸਟਮ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ ਅਤੇ ਮੇਰੇ ਲਈ ਸਭ ਤੋਂ ਵੱਡੀ ਜਿਹੜੀ ਉਹ ਯਾਨੀ ਕਿ ਉਹ ਜ਼ਰੂਰਤ ਸੀ ਇਸ ਪਾਰਟੀ ਥਰੂ ਯਾਨੀ ਕਿ ਆਪਣੇ ਲੋਕਾਂ ਦੀ ਆਵਾਜ਼ ਉਹ ਬਾਬੂ ਜੀ ਬੜੀ ਵੱਡੀ ਖਬਰ ਪੰਜਾਬੀ ਗਾਇਕ ਸਿੱਧੂ ਮੂਸੇ ਕੰਟਰੋਵਰਸੀ ਇਜ਼ ਕਲੀਅਰਲੀ ਅ ਹੈਬਿਟ ਫॉर द ਸਟਾਰ ਮੋਰ ਕੀ ਹੋਇਆ ਪੁੱਤਰ ਇਜ਼ ਰਿਲੀਜ਼ਡ ਆਫਟਰ ਮੂਸੇ ਵਾਲਾ ਗੋਟ ਕਿਹੜੀ ਗੱਲ ਵਾਜ ਗਈ ਬਾਬੂ ਜੀ ਮੈਂ ਸੋਚ ਲਿਆ ਸੀ ਮਾਸੀ ਕੋਲ ਆਵਾਂ ਵਾ ਉਹ ਪੁੱਤਰ ਤੂੰ ਵੀ ਕਹੀਂ ਨਾ ਜਾ ਤੈਨੂੰ ਵੈਸੇ ਵੀ ਬਹੁਤ ਧਮਕੀਆਂ ਮਿਲ ਰਹੀਆਂ ਹਾਂ ਕਿ ਆਦਾ ਚੱਲਦਾ ਰਹੇਗਾ ਬਾਬੂ ਜੀ ਹੁਣ ਕੀ ਅਸੀਂ ਐਸੀ ਧਮਕੀਆਂ ਨੂੰ ਡਰਾਂਗੇ ਪੁੱਤਰ ਮੈਨੂੰ ਕੁਝ ਠੀਕ ਨਹੀਂ ਲੱਗਦਾ वैसे भी सरकार ने थोड़ी सिक्योरिटी आदि करा देती है मैं बस अपने दोस्त नाल जावांगा मैनू किसी भी सिक्योरिटी की लोड नहीं है ठीक है पुत्र ध्यान नाल जाई जी बाबू जी और कंजरा की हो रहा है वो कुछ नहीं यार तू दस की होया अरे कुछ नहीं होया कल तू मेरे नाल मेरी मौसी कॉल जावेगा बस इसलिए कॉल कीता अच्छा कल हुण ठीक है कल पक्का चलांगा मैं तुहाडे नाल ध्यान नाल मेरी कल सुन कल सिद्धू अपनी माँ से कॉल जावेगा नाल मैं भी आवांगा कल ही उसका काम तमाम करना है ध्यान रखोगे ना ओके ये क्या हुआ वोल्ट कार विच कोई पिंचर कीता बच्चे की तो होगा चल दूसरी काला भी चलते हैं चला तो गल्ला चला चला ਭਾਜੀ ਗੱਡੀ ਰੁਕਵਾਉਣ ਲਈ ਮਾਫ਼ ਕਰੋ ਸਾਡੇ ਤੁਹਾਨੂੰ ਨਾਲ ਇੱਕ ਫੋਟੋ ਖਿਚਵਾਉਣੀ ਸੀ ਓਕੇ ਉਹ ਨਿਕਾਲ ਲੈ ਸਮਾਈਲ ਪੀਸ ਸ਼ੁਕਰੀਆ ਭਾਜੀ ਸ਼ੁਕਰੀਆ ਸ਼ੁਕਰੀਆ ਭਾਜੀ गल सुन एक मिनट जरा गाड़ी साइड में रुका ये हुआ की हुआ चलेंगे पिस्तल कटते रे और छाती में कर दू भटते रहे उनकी हुआ